ਲਾੜੀ ਦੇ ਪਿਤਾ ਦਾ ਪੈਸਿਆਂ ਵਾਲਾ ਬੈਗ ਹੋਇਆ ਚੋਰੀ। ਖੁਜਲੀ ਵਾਲੀ ਸਪਰੇਅ ਪਾ ਕੇ ਚੋਰਾਂ ਨੇ ਚੱਕਿਆ ਬੈਗ। ਚੱਲ ਦੇ ਵਿਆਹ 'ਚ ਹੀ ਚੋਰ ਨੇ ਕੀਤਾ ਕਾਂਡ। ਚੋਰੀ ਦੀ ਘਟਨਾ ਸੀਸੀਟੀਵੀ 'ਚ ਹੋਈ ਕੈਦ। ਜਾਂ ਦੱਸ ਦਈਏ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਖੁਜਲੀ ਵਾਲੀ ਸਪਰੇਅ ਪਾ ਕੇ ਚੱਲ ਦੇ ਵਿਆਹ 'ਚ ਲਾੜੀ ਦੇ ਪਿਓ ਦਾ ਪੈਸਿਆਂ ਦੇ ਨਾਲ ਭਰਿਆ ਬੈਗ ਚੋਰ ਦੇ ਵੱਲੋਂ ਚੋਰੀ ਕਰ ਲਿਆ ਗਿਆ। ਦੱਸ ਦਈਏ ਕਿ ਚੋਰ ਜੋ ਹੈ ਉਹ ਕਾਫੀ ਸਮੇਂ ਤੋਂ ਵਿਆਹ ਦੇ ਵਿੱਚ ਇਸ ਲਾੜੀ ਦੇ ਪਿਓ ਦੇ ਪਿੱਛੇ ਪਿੱਛੇ ਲੱਗਿਆ ਹੋਇਆ ਸੀ, ਪਰ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਪਹਿਲਾਂ ਤਾਂ ਉਸਨੇ ਲਾੜੀ ਦੇ ਪਿਓ ਦੇ ਉੱਤੇ ਸਪਰੇਅ ਪਾਈ, ਜਿਸ ਤੋਂ ਬਾਦ ਉਸਦੇ ਸਰੀਰ 'ਤੇ ਖਾਜ ਹੋਣ ਲੱਗੀ। ਫਿਰ ਜਦੋਂ ਉਸਨੇ ਆਪਣੇ ਕੱਪੜੇ ਉਤਾਰ ਕੇ ਧੋਣ ਦੇ ਲਈ ਗਿਆ ਤਾਂ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਉੱਥੇ ਬੈਠੀਆਂ ਦੋ ਔਰਤਾਂ ਕੋਲ ਛੱਡ ਦਿੱਤਾ। ਪਰ ਕਿਹਾ ਜਾ ਰਿਹਾ ਕਿ ਔਰਤਾਂ ਦੀ ਅੱਖਾਂ ਦੇ ਵਿੱਚ ਧੂਲ ਝੋਕ ਕੇ ਚੋਰ ਉੱਥੋਂ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ। ਤਾਂ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦਾ ਕੋਟ ਪਾ ਕੇ ਇੱਕ ਵਿਅਕਤੀ ਦੋ ਔਰਤਾਂ ਦੇ ਨਾਲ ਬੈਠਾ ਨਜ਼ਰ ਆ ਰਿਹਾ, ਜੋ ਕਿ ਲਾੜੀ ਦਾ ਪਿਓ ਹੈ। ਪਰ ਇੰਨੇ ਦੇ ਵਿੱਚ ਹੀ ਇੱਕ ਕੁਰਸੀ ਦੇ ਉੱਤੇ ਪਿੱਛੇ ਆ ਕੇ ਸਫੇਦ ਰੰਗ ਦਾ ਕੋਟ ਪਾ ਕੇ ਸ਼ਖਸ ਬਹਿੰਦਾ ਹੈ, ਜਿਸਦੇ ਹੱਥ ਦੇ ਵਿੱਚ ਕਿਹਾ ਜਾ ਰਿਹਾ ਕਿ ਖੁਜਲੀ ਵਾਲੀ ਸਪਰੇਅ ਹੈ। ਅਤੇ ਜਿਵੇਂ ਹੀ ਉਸਨੇ ਸਪਰੇਅ ਪਾਈ ਤਾਂ ਲਾੜੀ ਦੇ ਪਿਤਾ ਦੀ ਗਰਦਨ ਦੇ ਵਿੱਚ ਖਾਜ ਹੋਣ ਲੱਗਦੀ ਹੈ। ਅਤੇ ਜਿਵੇਂ ਹੀ ਉਹ ਧੋਣ ਦੇ ਲਈ ਉੱਠਦਾ ਹੈ ਤਾਂ ਪਿੱਛੋਂ ਤੇ ਉਹ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਲੈ ਕੇ ਫਰਾਰ ਹੋ ਜਾਂਦਾ। ਹਾਲਾਂਕਿ ਇਸ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਇੱਕ ਹੋਟਲ ਦਾ ਜਿੱਥੇ ਇਹ ਵਿਆਹ ਚੱਲ ਰਿਹਾ ਸੀ ਉਸਦਾ ਇੱਕ ਮੁਲਾਜ਼ਮ ਵੀ ਇਸ ਚੋਰ ਦੇ ਨਾਲ ਰਲਿਆ ਹੋਇਆ, ਪਰ ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਇਹ ਖਬਰ ਆਗਰਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਹੁਣ ਸਪਰੇਅ ਦੇ ਨਾਲ ਖੁਜਲੀ ਵਾਲਾ ਗੈਂਗ ਵੀ ਕਾਫੀ ਜ਼ਿਆਦਾ ਐਕਟਿਵ ਹੋ ਚੁੱਕਾ ਹੈ। ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਖੁਜਲੀ ਗੈਂਗ ਨੇ ਲਗਾਤਾਰ ਆਪਣਾ ਕਹਿਰ ਮਚਾ ਰੱਖਿਆ ਸੀ, ਪਰ ਹੁਣ ਉੱਥੇ ਵੀ ਪੁਲਿਸ ਦੇ ਵੱਲੋਂ ਕਾਫੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਹੁਣ ਇਹ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਖੁਜਲੀ ਗੈਂਗ ਦੇ ਪੈਰ ਜੋ ਨੇ ਉਹ ਵੱਧਦੇ ਜਾ ਰਹੇ ਨੇ, ਅਤੇ ਹੁਣ ਇਹ ਆਗਰਾ ਤੱਕ ਪਹੁੰਚੇ ਨਜ਼ਰ ਆ ਰਹੇ ਨੇ।